ਅੰਮ੍ਰਿਤਸਰ ਵਿੱਚ ਡਾਕਟਰਾਂ ਦੀ ਲਾਪਰਵਾਹੀ ਦਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਸਿਮਰਨ ਹਸਪੀਟਲ ਵਿੱਚ 8 ਮਹੀਨੇ ਦੀ ਬੱਚੀ ਨੂੰ ਦਸਤ ਲੱਗਣ ਕਾਰਨ ਅਤੇ ਡਾਕਟਰਾਂ ਦੁਆਰਾ ਦਿਖਾਈ ਲਾਪਰਵਾਹੀ ਦੇ ਕਾਰਨ 8 ਮਹੀਨੇ ਦੀ ਬੱਚੀ ਕੋਮਾ ਵਿੱਚ ਚਲੀ ਗਈ ਅਤੇ ਹੁਣ ਪਿੱਛਾ ਛਡਵਾਉਣ ਲਈ ਡਾਕਟਰਾਂ ਦੁਆਰਾ ਉਸ ਬੱਚੀ ਨੂੰ ਡਿਸਚਾਰਜ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਪਰਿਵਾਰਕ ਮੈਂਬਰਾਂ ਦੁਆਰਾ ਹਸਪੀਟਲ ਵਿੱਚ ਜੰਮ ਕੇ ਹੰਗਾਮਾ ਕੀਤਾ ਗਿਆ ਅਤੇ ਹਸਪੀਟਲ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਮੇਰਾ ਨਾਮ ਰਾਜੀਵ ਅਸੀਂ ਇਸਲਾਮਾਬਾਦ ਗੁਰੂ ਨਾਨਕ ਪੁਰੇ ਤੋਂ। ਸਰ ਬੇਟੀ ਸਾਡੀ ਸੰਜੇ ਸੂਬੇ ਠੀਕ ਨਹੀਂ ਸੀ ਹੈਗੀ, ਪੋਟੀਆਂ ਤੋਂ ਉਲਟੀਆਂ ਬਹੁਤ ਕਰ ਰਹੀ ਸੀ ਅਤੇ ਅਸੀਂ ਉਹਨੂੰ ਸੂਬੇ 5 ਵਜੇ ਇੱਥੇ ਲੈ ਕੇ ਆਏ ਅਤੇ 5 ਵਜੇ ਤੋਂ ਲੈ ਕੇ ਬਾਅਦ ਇਹਨਾਂ ਨੇ ਉਹਨੂੰ ਕੀਤਾ ਦਾਖਲ ਕੀਤਾ ਆਪਣਾ ਅਤੇ ਇਹਨਾਂ ਨੇ ਆਉਂਦੇ ਕਹਿੰਦੇ ਆਈ ਸੀ ਰੂਮ 'ਚ ਰੱਖਣਾ ਜੇ ਇਹਨੇ ਅਸੀਂ ਕਿਹਾ ਰੱਖੋ ਕੋਈ ਗੱਲ ਨਹੀਂ, ਇਹਨਾਂ ਨੇ ਉੱਥੇ ਰੱਖਿਆ ਅਤੇ ਉਸ ਤੋਂ ਬਾਅਦ ਇਹਨਾਂ ਨੇ 2 ਘੰਟੇ ਬਾਅਦ ਉਹਨੂੰ ਬਾਹਰ ਕਰਤਾ। ਕਹਿੰਦੇ ਕੋਈ ਗੱਲ ਨਹੀਂ ਬੇੜੀ ਤੁਹਾਡੀ ਬਿਲਕੁਲ ਠੀਕ ਆ, ਕੋਈ ਇਹੋ ਜਿਹੀ ਗੱਲਬਾਤ ਜੇ ਅਤੇ ਇਹਨਾਂ ਨੇ ਰੂਮ 'ਚ ਸ਼ਿਫਟ ਕਰਤਾ, ਮੈਡੀਸਨ ਵਗੈਰਾ ਦਿੱਤੀ ਇਹਨਾਂ ਨੇ, ਗੁੜੀਆ ਠੀਕ ਹੋ ਗਈ ਅਤੇ ਗੁੜੀਆ ਬਾਅਦ 'ਚੋਂ ਖੇਡਣ ਲੱਗ ਪਈ, ਪਾਣੀ ਪੂਣੀ ਵਗੈਰਾ ਦੁੱਧ ਵਗੈਰਾ ਖਿਚੜੀ ਵਗੈਰਾ ਖਾ ਲੱਗ ਪਈ ਸੀ ਅਤੇ ਸੋਮਵਾਰ ਰਾਤ ਨੂੰ ਐਤਵਾਰ ਰਾਤ ਨੂੰ ਗੁੜੀਆਂ ਨੂੰ ਥੋੜ੍ਹੀ ਜਿਹੀ ਪ੍ਰੋਬਲਮ ਹੋਈ ਸੀ, ਰੋ ਰਹੀ ਸੀ, ਅਸੀਂ ਡਾਕਟਰ ਨੂੰ ਬੁਲਾਇਆ ਰਾਤੀ 12 ਵਜੇ, ਉਹਨੂੰ ਕਿਹਾ ਦੇਖੋ ਕਿਉਂ ਰੋ ਰਹੀ ਹੈ ਅਤੇ ਉਹਨੇ ਸਾਨੂੰ ਮੈਡੀਸਨ ਲਿਖ ਕੇ ਦਿੱਤੀ, ਇਹ ਵਾਲੀ ਕਹਿੰਦਾ ਰੈਸਟ ਦੀ ਦਵਾਈ ਹੈ ਅਤੇ ਇਹਨੂੰ 1 ਚਮਚ ਦੇ ਦਿਓ, ਕੋਈ ਗੱਲ ਨਹੀਂ ਸੁਬਹ ਠੀਕ ਹੋ ਜਾਏਗੀ। ਅਸੀਂ ਦੇਤੀ, ਅਗਲੇ ਦਿਨ ਫਿਰ ਡਾਕਟਰ ਆਉਣ ਤੋਂ ਗਿਆ, ਕੰਪਾਊਂਡਰ ਆਇਆ, ਉਹਨਾਂ ਦਾ ਦਵਾਈਆਂ ਸਾਨੂੰ ਐਲੀਆਂ ਦੇ ਗਿਆ, ਕਹਿੰਦਾ 1-1 ਚਮਚਾ 10 ਮਿੰਟ ਬਾਅਦ ਦੇ ਦਿਓ ਉਹਨੂੰ। ਅਸੀਂ 10-10 ਮਿੰਟ ਬਾਅਦ 1-1 ਚਮਚਾ ਦਿੱਤਾ, ਇਹ ਦਵਾਈ ਅਸੀਂ ਦਿੱਤੀ ਸੀ ਰਾਤੀ 12 ਵਜੇ, 12 ਵਜੇ ਤੋਂ 5 ਮਿੰਟ ਪਹਿਲਾਂ ਕੁੜੀ ਖੇਡ ਰਹੀ ਸੀ, ਦਵਾਈ ਦੇਣ ਤੋਂ ਬਾਅਦ ਬੱਚਾ ਸੌ ਗਿਆ। ਚਲੋ ਅਸੀਂ ਕਿਹਾ ਸੌ ਗਿਆ, ਦਵਾਈ ਦਾ ਅਸਰ ਹੋਏਗਾ, ਸੂਬੇ ਉੱਠੇ, ਬੱਚੇ ਨੂੰ ਲਾਇਆ, ਬੱਚਾ ਉੱਠਿਆ ਨਹੀਂ, ਆਪਾਂ ਕਿਹਾ ਚਲੋ ਠਹਿਰ ਕੇ ਉੱਠ ਜਾਏਗਾ, ਬੱਚਾ ਨਹੀਂ ਉੱਠਿਆ। 12 ਵਜੇ ਮੈਂ ਡਾਕਟਰ ਨੂੰ ਬੁਲਾਇਆ, ਡਾਕਟਰ ਕਹਿੰਦਾ ਕੋਈ ਨਹੀਂ ਰੈਸਟ ਕਰ ਰਿਹਾ ਵਾ, ਬੱਚਾ ਠੀਕ ਹੈ, ਕੋਈ ਗੱਲ ਨਹੀਂ ਆਉਗੀ। ਉਸ ਤੋਂ ਬਾਅਦ ਫਿਰ ਮੈਂ 2-3 ਵਜੇ 4 ਵਜੇ ਫਿਰ ਮੈਂ ਡਾਕਟਰ ਕੋਲ ਗਿਆ, ਡਾਕਟਰ ਕਹਿੰਦੇ ਚੈੱਕ ਕੀਤਾ, ਡਾਕਟਰ ਕਹਿੰਦੇ ਕੁਛ ਨਹੀਂ ਹੈਗਾ, ਬੱਚਾ ਠੀਕ ਹੈ, ਉੱਠ ਜਾਏਗਾ ਜੀ। ਫਿਰ ਰਾਤ ਪੈ ਗਈ ਜੀ, ਰਾਮ ਮੰਗਲਵਾਰ ਦੀ ਰਾਤ ਪੈ ਗਈ, ਰਾਤ ਨੂੰ ਬੁਲਾਇਆ ਇਹਨਾਂ ਨੂੰ ਅਤੇ ਆਪਣਾ ਇਹਨਾਂ ਨੇ ਚੈੱਕ ਵਗੈਰਾ ਕੀਤਾ ਅਤੇ ਇਹਨਾਂ ਨੇ ਕਿਹਾ ਮੈਡੀਸਨ ਜ਼ਿਆਦਾ ਦੇ ਦਿੱਤੀ, ਇਹਨੂੰ ਕਿੰਨੀ ਦਿੱਤੀ, ਅਸੀਂ ਕਿਹਾ 1 ਚਮਚਾ ਜੀ, ਕਹਿੰਦੇ ਕਿਹਨੂੰ ਪੁੱਛ ਕੇ ਦਿੱਤੀ, ਅਸੀਂ ਕਿਹਾ ਤੁਹਾਡਾ ਕੰਪਾਊਂਡਰ ਆਇਆ ਸੀ, ਉਹਨੇ ਗਿਆ ਸੀ, ਇਹਨਾਂ ਨੇ ਉਹ ਕੰਪਾਊਂਡਰ ਨੂੰ ਬੁਲਾਇਆ, ਕਹਿੰਦੇ ਕਿੰਨੀ ਮੈਡੀਸਨ ਦਿੱਤੀ ਆ ਵਾਲੀ, ਕਹਿੰਦੇ 1 ਚਮਚਾ ਜੀ, ਕਹਿੰਦੇ ਇੰਨੀ ਥੋੜ੍ਹੀ ਦੇਣੀ, ਛੋਟਾ ਬੱਚਾ, ਤੂੰ ਇੰਨੀ ਕਿਉਂ ਦਿੱਤੀ ਦਵਾਈ। ਇਹ ਇਹਨਾਂ ਦੀ ਲਾਪਰਵਾਹੀ ਜੀ, ਇਹਨਾਂ ਨੇ ਬਾਅਦ 'ਚ ਸਾਨੂੰ ਕਿਹਾ 2 ਘੰਟੇ ਨੂੰ ਕੁੜੀ ਨੂੰ ਹੋਸ਼ ਆਏਗਾ, ਕੁੜੀ ਨੂੰ ਹੋਸ਼ ਨਹੀਂ ਆਇਆ, ਬਾਅਦ 'ਚ ਉਹਨਾਂ ਨੇ ਕਿਹਾ 24 ਘੰਟੇ ਨੂੰ ਆਜੇਗਾ, 24 ਘੰਟੇ ਨੂੰ ਹੋਸ਼ ਨਹੀਂ ਆਇਆ, ਇਸ ਟਾਈਮ 40-41 ਘੰਟੇ ਹੋ ਗਏ ਕੁੜੀ ਨੂੰ ਹੋਸ਼ ਨਹੀਂ ਆਇਆ, ਹਾਲੇ ਹੁਣ ਇਹ ਕਹਿ ਰਹੇ ਨੇ ਦੌਰਾ ਪਿਆ, ਦੌਰਾ ਸਿਰਫ ਇਹਨਾਂ ਦੀ ਲਾਪਰਵਾਹੀ ਨਾਲ ਪਿਆ, ਜਿਹੜਾ ਇਹਨਾਂ ਨੇ ਗਲਤ ਮੈਡੀਸਨ ਦਿੱਤੀ ਉਹਨੂੰ ਉਹਦਾ ਕਰਕੇ ਦੌਰਾ ਪਿਆ, ਕੁੜੀ ਨੂੰ ਪਹਿਲਾਂ ਕੋਈ ਪ੍ਰੋਬਲਮ ਨਹੀਂ ਸੀ ਹੈਗੀ। ਹਾਂਜੀ, ਹੁਣ ਮੈਂ ਇਹਨਾਂ ਨੂੰ ਇਹ ਕਹਿ ਰਹੇ ਨੇ ਅਸੀਂ ਉਹਨੂੰ ਡਿਸਚਾਰਜ ਕਰਾ ਦੇਣਾ, ਇੱਥੇ ਨਹੀਂ ਰੱਖਣਾ, ਅਤੇ ਇਹਨਾਂ ਨੂੰ ਇੱਥੇ ਰੱਖਣਾ ਪੈਣਾ, ਇਹਦਾ ਇਲਾਜ ਕਰਨਾ ਪੈਣਾ ਇਹਨਾਂ ਨੂੰ। ਮੇਰੀ ਸਾਡੀ ਬੇੜੀ ਜਿੱਦਾਂ ਆਈ ਆ ਸਾਨੂੰ ਉੱਦਾਂ ਚਾਹੀਦਾ, ਮਾੜਾ ਬੰਦਾ ਜੀ। ਦੇਖੋ ਇਹ ਬੱਚੀ ਜੀ 8 ਮਹੀਨੇ ਦੀ ਆ ਅਤੇ 6 ਕਿਲੋ ਭਾਰ ਹੈ ਜੀ ਇਹਦਾ। ਇਹ ਸਾਡੇ ਕੋਲ ਆਈ ਸੀ ਸਵੀਅਰ ਡੀਹਾਈਡਰੇਸ਼ਨ, ਟੱਟੀਆਂ ਉਲਟੀਆਂ ਦੇ ਨਾਲ ਅਤੇ ਸਵੀਅਰ ਐਸੀਡੋਸਿਸ ਸੀ ਨਾਲ ਇਹਨੂੰ। ਇਹ 2 ਦਿਨ ਸਾਡੇ ਕੋਲ, ਅੱਜ 3ਰਾ ਦਿਨ ਹੈ ਇਹਦਾ। ਅਤੇ ਪਹਿਲੇ 2 ਦਿਨ ਸੀਰੀਅਸ ਸੀ, ਪਰਸੋਂ ਇਹਨੇ ਖਾਣਾ ਪੀਣਾ ਸ਼ੁਰੂ ਕਰ ਦਿੱਤਾ, ਕੱਲ੍ਹ ਸਵੇਰ ਤੋਂ ਇਹਦੀ ਹੋਸ਼ ਘਟਣੀ ਸ਼ੁਰੂ ਹੋ ਗਈ, ਰਾਤ ਨੂੰ ਇਹਨੂੰ ਦੌਰਾ ਪਿਆ ਅਤੇ ਇਹਦੇ ਕਰਕੇ ਇਹਨੂੰ ਇਸ ਵੇਲੇ ਕੋਮਾਟ ਹੋ ਗਿਆ। ਇਹਨੂੰ 1 ਚਮਚ ਪੈਡੀਕਲੋਰਾਈਲ ਦਾ ਪਿਆਇਆ ਗਿਆ ਸੀਗਾ ਕੱਲ੍ਹ ਸੂਬੇ, ਪੈਡੀਕਲੋਰਾਈਲ ਇਹਨਾਂ ਦੇ ਕੋਲ ਹੈ, ਸਾਲਟ ਨੂੰ ਇਹ ਇੰਟਰਨੈਟ ਦੇ ਉੱਤੇ ਪਾ ਕੇ ਦੇਖ ਸਕਦੇ ਆ ਕਿ ਉਹਦੇ ਵਿੱਚ ਕੀ ਨੁਕਸਾਨ ਨੇ ਅਤੇ ਉਹਦੇ ਸਾਲਟ ਦੇ ਵਿੱਚ ਇਹਦੇ ਵਿੱਚ ਮੈਂ ਕੀ ਕਹਿਣਾ ਹੈ। ਨੈੱਟ ਦੇ ਉੱਤੇ ਸਾਰਾ ਕੁਝ ਅਵੇਲੇਬਲ ਹੈ, ਬਿਲਕੁਲ ਸੇਫ ਡਰੱਗ ਹੈ। ਇਸ ਤੋਂ ਇਲਾਵਾ ਐਂਟੀਬਾਇਓਟਿਕਸ ਦਿੱਤੀਆਂ ਗਈਆਂ, ਫਾਈਲ ਮੇਰੇ ਕੋਲ ਹੈ, ਅਸੀਂ ਇਹਨਾਂ ਨੂੰ ਦੇ ਸਕਦੇ ਹਾਂ ਕੋਈ ਉਹਦੇ ਵਿੱਚ। ਪ੍ਰੈਜੈਂਟਲੀ ਬੱਚੇ ਨੂੰ ਸਕੈਨ ਵਾਸਤੇ ਅਸੀਂ ਐਡਵਾਈਸ ਕੀਤਾ ਅਤੇ ਸਕੈਨ ਤੋਂ ਬਾਅਦ ਹੀ ਪਤਾ ਲੱਗੇਗਾ ਕੀ ਹੈ। ਸਰਵਾਈਵਿੰਗ ਚਾਂਸਿਸ ਸਕੈਨ ਤੋਂ ਬਾਅਦ ਹੀ ਪਤਾ ਲੱਗੇਗਾ ਜੀ। ਇਸ ਵੇਲੇ ਬੱਚੇ ਨੂੰ ਸਟੂਪਰਸ ਹੈ, ਬੱਚਾ ਸਟੂਪਰਸ ਅਤੇ ਕੋਮਾਟੋਜ਼ ਦੇ ਵਿਚਕਾਰ ਹੈ।
ਤੇ ਸਰ ਨਾਲ ਦੇ ਨਾਲ ਤੁਸੀਂ ਉਹਨੇ ਕਹਿ ਰਹੇ ਹੋ ਬੱਚੇ ਨੂੰ ਮੈਂ ਡਿਸਚਾਰਜ ਕਰਨਾ ਮੈਂ ਐਡਮਿਟ ਨਹੀਂ ਰੱਖਣਾ ਤੇ ਉਸ ਸੰਬੰਧ 'ਚ ਕੀ ਕਹਿਣਾ ਚਾਹੋਗੇ ਸਰ? ਜੇਕਰ ਕੋਈ ਬੱਚੇ ਦੀ ਹਾਲਤ ਵਿਗੜਦੀ ਹੈ ਤੇ ਅਟੈਂਡੈਂਟਸ ਨਾਲ ਮੀਡੀਆ ਨੂੰ ਲੈ ਕੇ ਕਿਸੇ ਡਾਕਟਰ ਉੱਤੇ ਐਲੀਗੇਸ਼ਨ ਲਗਾਉਣ ਵਾਸਤੇ ਆ ਜਾਂਦੇ ਆ ਤੇ ਡਾਕਟਰ ਦੇ ਪੇਸ਼ੈਂਟ ਦਾ ਰਿਲੇਸ਼ਨ ਤੇ ਉੱਥੇ ਹੀ ਖਤਮ ਹੋ ਗਿਆ, ਉਹਨੂੰ ਅਸੀਂ ਡਾਕਟਰ ਕੀ ਇਲਾਜ ਕਰੇਗਾ ਮਰੀਜ਼ ਤੇ ਕੀ ਕਿਸੇ ਨੂੰ ਦਾਖਲ ਕਰੇਗਾ? ਜਦੋਂ ਕੋਈ ਮਰੀਜ਼ ਆਉਂਦਾ ਉਹਨੂੰ ਪਹਿਲਾਂ ਐਕਸਪਲੇਨ ਕੀਤਾ ਜਾਂਦਾ ਕਿ ਭਾਅ ਜੀ ਇਹ ਤੁਹਾਡਾ ਮਰੀਜ਼ ਸੀਰੀਅਸ ਹੈਗਾ ਜੇ, ਇਹ ਚਾਰ ਜਗ੍ਹਾ ਹਸਪਤਾਲ ਨੂੰ ਜਵਾਬ ਦੇ ਕੇ ਸਾਡੇ ਕੋਲ ਆਏ ਨੇ, ਅਸੀਂ ਉਹਨਾਂ ਨੂੰ ਪਹਿਲਾਂ ਦੱਸਿਆ ਕਿ ਭਾਅ ਜੀ ਇਹ ਤੁਹਾਡਾ ਸੀਰੀਅਸ ਹੈ ਅਤੇ ਜੇ ਤੁਸੀਂ ਕਹਿੰਦੇ ਹੋ ਤਾਂ ਦਾਖਲ ਕਰਦੇ ਹਾਂ, ਮਰੀਜ਼ ਮੰਨਦਾ ਜੀ ਠੀਕ ਹੈ ਐਡਮਿਟ ਕਰੋ, ਅਤੇ ਜੇਕਰ ਜਦੋਂ ਕੋਈ ਖਰਾਬ ਵੀ ਹੁੰਦੀ ਹੈ ਤਾਂ ਸਾਰਾ ਕੁਝ ਤੁਸੀਂ ਕਿਸੇ ਡਾਕਟਰ ਦੇ ਜਾਂ ਦਵਾਈ ਦੇ ਉੱਤੇ ਮੜ ਦਿੰਦੇ ਹੋ, ਉਸ ਵੇਲੇ ਸਾਰਾ ਕੁਝ ਤੁਸੀਂ ਮੈਡੀਕਲ ਦੇ ਉੱਤੇ ਲੱਗ ਦਿੰਦੇ ਹੋ ਅਤੇ ਜਦੋਂ ਠੀਕ ਹੁੰਦਾ ਤਾਂ ਉਸ ਵੇਲੇ ਰੱਬ ਦੇ ਮਿਹਰ ਹੋ ਜਾਂਦੀ ਹੈ। ਪਰ ਉਹਦਾ ਬ੍ਰੇਨ ਦਾ ਥੋੜਾ ਕੰਮ ਨਹੀਂ ਕਰ ਰਿਹਾ, ਉਹਦੀ ਡਾਕਟਰ ਸਾਹਿਬ ਨੇ ਕਿਹਾ ਉਹਨਾਂ ਨੂੰ ਕਿ ਤੁਸੀਂ ਜਿਹੜੀ ਇਹਦੀ ਆ ਐਮ ਆਰ ਆਈ ਕਰਵਾ ਕੇ ਲਿਆਓ। ਉਹਨਾਂ ਕੋਲ ਇਸ ਵੇਲੇ ਪੇਮੈਂਟ ਨਹੀਂ, ਥੋੜ੍ਹੇ ਉਹ ਹੋ ਗਏ ਗੁੱਸੇ ਵਿੱਚ ਆ ਗਏ, ਗੱਲ ਕੋਈ ਨਹੀਂ, ਉਹ ਡਾਕਟਰ ਸਾਹਿਬ ਇਲਾਜ ਕਰ ਰਹੇ ਨੇ, ਉਹ ਵੀ ਸੈਟਿਸਫਾਈਡ ਨੇ, ਉਹ ਆਪ ਆਪਣੀ ਵੈਨ ਨਾਲ ਭੇਜ ਰਹੇ ਨੇ ਮੈਡੀਕਲ ਵੈਨ 'ਤੇ, ਉਹ ਜਾ ਕੇ ਅਤੇ ਨਿਜਰ ਕੋਲੋਂ ਕਰਾਉਣਗੇ ਅਤੇ ਇਲਾਜ ਡਾਕਟਰ ਸਾਹਿਬ ਕਰਨਗੇ। ਨਹੀਂ ਨਹੀਂ ਕਿਸੇ ਦੀ ਕੋਈ ਲਾਪਰਵਾਹੀ ਨਹੀਂ, ਉਹ ਕਹਿ ਤਾ ਉਹਨਾਂ ਨੇ ਘਰਦਿਆਂ ਵੀ ਕਹਿ ਤਾ ਵੀ ਕੋਈ ਗੱਲ ਨਹੀਂ ਸਾਡਾ ਇਲਾਜ ਹੀ ਕਰਨ, ਸਾਨੂੰ ਵਿਸ਼ਵਾਸ ਹੈ।